ਪਾਕਿਸਤਾਨ ਬੇਸ਼ੱਕ ਭਾਰਤ ਨਾਲ ਸਾਰੇ ਸਫਾਰਤੀ ਤੇ ਵਪਾਰਕ ਰਿਸ਼ਤੇ ਤੋੜ ਚੁੱਕਾ ਹੈ, ਪਰ ਕਰਤਾਰਪੁਰ ਕੋਰੀਡੋਰ ਉਸਾਰੀ ਨੂੰ ਲੈ ਕੇ ਪਾਕਿਸਤਾਨ ਆਪਣੀ ਵਚਨਬੱਧਤਾ ਵਾਰ ਵਾਰ ਦੁਹਰਾ ਰਿਹਾ, ਜਿਸ ਦੇ ਭਾਰਤ ਵਾਲੇ ਪਾਸਿਓਂ ਹੁਣ ਸ਼ੱਕ ਸੁਬੇ ਉੱਠਣ ਲੱਗੇ ਨੇ। ਪਾਕਿਸਤਾਨ ਵੱਲੋਂ ਤਾਂ ਤੈਅ ਸਮੇਂ ਤੋਂ ਪਹਿਲਾਂ ਹੀ ਕੋਰੀਡੋਰ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਗਿਆ, ਤਾਂ ਇਸ ਦਰਮਿਆਨ ਪਾਕਿਸਤਾਨ ਭਾਰਤ ਪ੍ਰੋਟੋਕੋਲ ਅਨੁਸਾਰ ਭਾਰਤ ਦੇ 3,000 ਦੀ ਥਾਂ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕਰੇਗਾ। ਜ਼ੀਰੋ ਲਾਈਨ ਤੇ ਮੀਟਿੰਗ ਲਈ 30 ਜਾਂ 31 ਅਗਸਤ ਦੀ ਤਾਰੀਖ ਨੂੰ ਅੰਤਿਮ ਰੂਪ ਦੇਣ ਲਈ ਭਾਰਤ ਦੀ ਤਕਨੀਕੀ ਸਲਾਹਕਾਰ ਟੀਮ ਨਾਲ ਗੱਲਬਾਤ ਕਰਨਗੇ। ਸੂਤਰਾਂ ਮੁਤਾਬਕ ਫੈਡਰਲ ਸਰਕਾਰ ਨੇ ਇਸ ਸਾਲ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਪ੍ਰਵਾਨਗੀ ਦਿੱਤੀ ਹੈ। ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ 12 ਨਵੰਬਰ ਨੂੰ ਨਨਕਾਣਾ ਸਾਹਿਬ ਵਿਖੇ ਹੋਵੇਗਾ। ਸਮਾਗਮ ਦੇਸ਼ ਭਰ ਦੀਆਂ ਵੱਖ ਵੱਖ ਥਾਵਾਂ ਤੇ ਜਾਰੀ ਰਹਿਣਗੇ। ਪਾਕਿਸਤਾਨ ਵਾਲੇ ਪਾਸੇ ਲਗਭਗ 90% ਕੋਰੀਡੋਰ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਡਾਕਟਰ ਅਮੀਰ ਅਹਿਮਦ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਦੁਨੀਆਂ ਵਿੱਚ ਛਾਤੀ ਦਾ ਸੁਨੇਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਚਾਰਾਂ ਅਨੁਸਾਰ ਵਧੀਆ ਪ੍ਰਬੰਧ ਕੀਤੇ ਜਾਣਗੇ। ਉਧਰ ਬੀਜੇਪੀ ਆਗੂ ਸੁਬਰਾਮਨੀਅਮ ਸਵਾਮੀ ਵੱਲੋਂ ਲਾਂਘਾ ਬੰਦ ਕਰਵਾਉਣ ਦੇ ਦਿੱਤੇ ਬਿਆਨ ਤੇ ਵੀ ਸਿਆਸਤ ਪੱਕੀ ਹੋਈ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਰਤਾਰਪੁਰ ਲਾਂਘਾ ਖੋਲਣ ਖਿਲਾਫ ਬਿਆਨ ਦੇਣ ਵਾਲੇ ਬੀਜੇਪੀ ਆਗੂ ਸੁਬਰਾਮਨੀਅਮ ਸਵਾਮੀ ਤੇ ਦੇਸ਼ ਧਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਬੀਜੇਪੀ ਸਵਾਮੀ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾਵੇ। ਉਨ੍ਹਾਂ ਨੇ ਕਿਹਾ ਕਿ ਸਵਾਮੀ ਕਿਸੇ ਏਜੰਸੀ ਦੇ ਆਦਮੀ ਹਨ। ਅੱਤਵਾਦ ਦੌਰਾਨ ਉਹ ਭਿੰਡਰਾਂਵਾਲੇ ਦੇ ਹੱਕ ਵਿੱਚ ਬੋਲਦੇ ਸਨ ਤੇ ਅੱਜ ਸਿੱਖ ਕੌਮ ਦੇ ਖਿਲਾਫ ਬੋਲ ਰਹੇ ਨੇ।